ਪਿਆਰੀਆ ਸਾਨੂੰ ਮਿਠੜਾ ਨਾ ਲੱਗਦਾ ਸ਼ੋਰੇ ਦੋਸਤੋ ਅੱਜ ਬਾਬਾ ਜੀ ਨੇ 2 ਮਹੀਨੇ ਬਾਅਦ ਡੇਰਾ ਬਿਆਸ ਵਿੱਚ Satsang ਕੀਤਾ ਤੇ ਸਾਰਿਆਂ ਦੀ ਨਜ਼ਰਾਂ ਇਸ ਉੱਤੇ ਟਿਕੀਆਂ ਹੋਈਆਂ ਸੀ ਕਿ ਬਾਬਾ ਜੀ ਕੀ ਫਰਮਾਉਣਗੇ ਆਪਣਾ ਉਤਰਾਧਿਕਾਰੀ ਘੋਸ਼ਿਤ ਕਰਨ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ Satsang ਸੀ ਇਸ ਕਰਕੇ ਜਿਵੇਂ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਣਾ ਵਾ ਬਹੁਤ ਜ਼ਿਆਦਾ ਸੰਗਤ ਆਉਗੀ ਉਦਾਂ ਹੀ ਹੋਇਆ ਬਹੁਤ ਜ਼ਿਆਦਾ ਸੰਗਤ ਪਹੁੰਚੀ ਸੀ ਬਾਹਰ ਵੀ ਬਹੁਤ ਜ਼ਿਆਦਾ ਟ੍ਰੈਫਿਕ ਸੀ ਟੋਲ ਪਲਾਜ਼ਾ ਤੋਂ 5-6 ਕਿਲੋਮੀਟਰ ਪਹਿਲਾਂ ਹੀ ਟ੍ਰੈਫਿਕ ਲੱਗਣਾ ਸ਼ੁਰੂ ਹੋ ਗਿਆ ਸੀ ਸਵੇਰੇ 6 6:30 ਵਜੇ ਹੀ ਬਾਬਾ ਜੀ 8:30 ਵੱਜਣ ਤੋਂ ਕੁਝ ਮਿੰਟ ਪਹਿਲਾਂ ਹੀ ਸਟੇਜ ਤੇ ਆ ਗਏ ਸੀ ਨਾਲ ਹੀ ਹਜ਼ੂਰ ਸਾਹਿਬ ਜਸਦੀਪ ਸਿੰਘ ਜੀ ਵੀ ਸੀ ਤੇ ਸਕਰੀਨਸ ਉਤੇ ਵੀ ਦੋਨੇ ਮਾਸਟਰਸ ਦੀ ਲਾਈਵ ਵੀਡੀਓ ਦਿਖਾਈ ਗਈ ਸਟੇਜ ਤੋਂ ਜਿਵੇਂ ਕੱਲ ਤੇ ਪਰਸੋਂ ਕੁਸ਼ਨਾਸ ਵਿੱਚ ਸੀ ਤੇ ਦੋਸਤੋ ਬਾਬਾ ਜੀ ਨੇ ਸੰਗਤ ਵਾਸਤੇ ਸਪੈਸ਼ਲੀ ਮੌਜੂਦਾ ਹਸਤੀਤੀ ਨੂੰ ਦੇਖਦੇ ਹੋਏ ਕੁਝ ਗੱਲਾਂ ਕਹੀਆਂ ਸੀ ਜੋ ਸੁਣ ਕੇ ਸੰਗਤ ਇਮੋਸ਼ਨਲ ਵੀ ਹੋਈ ਸੀ ਕੁਝ ਤੇ ਹੋਰ ਵੀ ਸੱਸੰਗ ਸ਼ਾਰਟ ਵਿੱਚ ਟਰਨਲ ਸ਼ੇਅਰ ਕੀਤਾ ਜਾਊਗਾ ਅੱਜ ਦਰਸ਼ਨ ਪਾਠੀ ਜੀ ਸ਼ਬਦ ਬਹੁਤ ਸੁੰਦਰ ਪੜ ਰਹੀ ਸੀ ਤੇ ਜਦੋਂ ਬਾਬਾ ਜੀ ਸਟੇਜ ਤੇ ਆਏ ਤਾਂ ਇਹ ਸ਼ਬਦ ਚੱਲ ਰਿਹਾ ਸੀ ਨਾਮ ਤੇਰੋ ਆਰਤੀ ਮਜਨ ਮੁਰਾਰੇ ਜੋ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਹੈ ਤੇ ਬਾਣੀ ਅੱਜ ਲਈ ਗਈ ਸੀ ਹਰ ਕੀ ਪੂਜਾ ਦੁਲੰਭ ਹੈ ਸੰਤੋ ਤੀਸਰੇ ਪਾਸ਼ਾਹੀ ਬਾਬਾ ਜੀ ਨੇ ਸ਼ੁਰੂਆਤ ਕਰਦੇ ਹੋਏ ਆ ਫਰਮਾਇਆ ਕਿ ਇਹ ਗੁਰੂ ਘਰ ਦੀ ਬਾਣੀ ਹੈ ਤੀਸਰੇ ਪਾਸ਼ਾਹੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਪਾਂ ਕਿਹਦੀ ਭਗਤੀ ਕਰਨੀ ਹੈ ਤੇ ਭਗਤੀ ਦਾ ਕਿਹੜਾ ਸਾਧਨ ਅਪਣਾਉਣਾ ਹੈ ਹੁਣ ਇਹ ਠੀਕ ਹੈ ਕਿ ਪਾਠ ਔਰ ਪੂਜਾ ਸਾਡੇ ਸਾਰਿਆਂ ਦੀ ਇੱਕ ਚਾਹਤ ਹੈ ਮਗਰ ਜਿੰਨਾ ਚਿਰ ਆਪਾਂ ਸੋਚ ਸਮਝ ਕੇ ਕਦਮ ਨਹੀਂ ਚੁੱਕਾਂਗੇ ਦੋਸਤੋ ਬਾਬਾ ਜੀ ਨੇ ਸ਼ੁਰੂਆਤ ਵਿੱਚ ਹੀ ਬਹੁਤ ਵੱਡੀ ਗੱਲ ਕਹੀ ਰਿਐਲਿਟੀ ਆਫ ਲਾਈਫ ਕਹੀ ਹੈ ਜੋ ਅੱਜਕੱਲ੍ਹ ਲੋਕ ਬਹੁਤ ਜ਼ਿਆਦਾ ਕਰ ਰਹੇ ਨੇ ਕਿ ਬਾਹਰਮੁਕੀ ਸਾਧਨ ਕਿ ਜੋ ਵੀ ਆਪਾਂ ਪਾਠ ਪੂਜਾ ਕਰਦੇ ਆ ਇਹਦਾ ਤਾਲੁਕ ਬਾਹਰਮੁਕੀ ਸਾਧਨਾ ਦੇ ਨਾਲ ਹੈ ਤਾਂ ਸਾਡਾ ਧਿਆਨ ਬਾਹਰ ਹੀ ਫਸਿਆ ਰਹੂਗਾ ਅੰਦਰ ਨਹੀਂ ਜਾਊਗਾ ਆਪਨੇ ਬਾਣੀ ਵਿੱਚ ਬਹੁਤ ਖੁੱਲ ਕੇ ਕਿਹਾ ਸੀ ਸਭ ਕਿਚ ਘਰ ਮੇ ਬਾਹਰ ਨਹੀਂ ਬਾਹਰ ਟੁੰਡੇ ਸੋ ਪਰਮ ਪੁਲਾਈ ਕਿ ਜਿਸ ਦਿਨ ਮਾਲਿਕ ਨੇ ਜਨਮ ਦਿੱਤਾ ਸੀ ਜੋ ਉਹਨੇ ਦੇਣਾ ਸੀ deta ਹੁਣ ਅਸੀਂ ਉਹਦੀ ਪਹਿਚਾਨ ਕਰਨੀ ਹੈ ਔਰ ਜਿੰਨਾ ਚਿਰ ਅਸੀਂ ਆਪਣਾ ਧਿਆਨ ਅੰਤਰਮੁਖ ਨਹੀਂ ਲੈ ਕੇ ਜਾਵਾਂਗੇ ਅੰਦਰਲੀ ਭਗਤੀ ਨੂੰ ਨਹੀਂ ਅਪਣਾਵਾਂਗੇ ਸਾਨੂੰ ਉਹ ਪਹਿਚਾਨ ਨਹੀਂ ਹੋ ਸਕਦੀ ਇਸ ਕਰਕੇ ਆਪਨੇ ਸ਼ੁਰੂਆਤ ਹੀ ਉਤੋਂ ਕੀਤੀ ਹਰ ਕੀ ਪੂਜਾ ਭਗਤੀ ਉਸ ਇੱਕ ਦੀ ਕਰਨੀ ਹੈ ਪਲਟੂ ਸਾਹਿਬ ਨੇ ਕਿਹਾ ਸੀ ਇੱਕ ਹੀ ਇੱਕ ਹੈ ਦੂਸਰ ਨਾ ਹੀ ਕੋਈ ਔਰ ਬਾਣੀ ਵਿੱਚ ਆਪ ਫਰਮਾਉਂਦੇ ਹਨ ਹਉ ਤਿਸ ਕੀ ਆਸ ਕਰ ਮਨ ਮੇਰੇ ਜੋ ਸਭ ਕਾ ਸੁਆਮੀ ਰਹਾ ਸਮਾਏ ਆਪਨੇ ਇਹ ਨਹੀਂ ਕਿਹਾ ਜੋ ਹਿੰਦੂਆਂ ਦਾ ਹੈ ਮੁਸਲਮਾਨਾਂ ਦਾ ਹੈ ਸਿੱਖਾਂ ਦਾ ਹੈ ਇਸਾਈਆਂ ਦਾ ਹੈ ਜੋ ਸਭ ਕਾ ਸੁਆਮੀ ਮਗਰ ਦੇਖੋ ਐਸੀ ਆਪਣੇ ਆਪ ਨੂੰ ਕਿਵੇਂ ਕੌਮਾਂ ਵਿੱਚ ਮਜ਼ਬਾਂ ਵਿੱਚ ਮੁਲਕਾਂ ਵਿੱਚ ਵੰਡਿਆ ਹੋਇਆ ਹੈ ਤਾਂ ਸਾਡੀ ਸੋਚ ਕਿਉਂ ਇਸ ਛੋਟੇ ਜਿਹੇ ਦਾਇਰੇ ਵਿੱਚ ਰਹਿ ਗਈ ਉਹ ਤਾਂ تعلیم ਲੈ ਕੇ ਆਏ ਸੀ ਉਹ ਉਪਦੇਸ਼ ਲੈ ਕੇ ਆਏ ਸੀ ਮਗਰ ਐਸੀ ਉਸ ਉਪਦੇਸ਼ ਨੂੰ ਸਮਝ ਨਹੀਂ ਪਾਏ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਜੋ ਨਿਚੋੜ ਸੀ ਉਹ ਇਨ੍ਹਾਂ ਗ੍ਰੰਥਾਂ ਪੁਥੀਆਂ ਦੇ ਜ਼ਰੀਏ ਇੱਕ ਅਨਮੋਲ ਦੌਲਤ ਸਾਨੂੰ ਦੇ ਕੇ ਗਏ ਹਨ ਮਗਰ ਐਸੀ ਆਪਣੇ ਆਪ ਨੂੰ ਉਹਨਾਂ ਦੇ ਪੜਨ ਤੱਕ ਹੀ ਸੀਮਿਤ ਰੱਖਿਆ ਹੈ ਯਾ ਜਿਸਮਾ ਦੇ ਨਾਲ ਜੁੜ ਕੇ ਅਸੀਂ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ ਦੋਸਤੋ ਬਾਬਾ ਜੀ ਨੇ ਅਮਲ ਉੱਤੇ ਗੌਰ ਕਰਦੇ ਹੋਏ ਫਰਮਾਇਆ ਕਿ ਅਮਲ ਕੀਨੇ ਕਿੱਤਾ ਹੈ ਉਹਨਾਂ ਨੇ ਤਾਂ ਦولت ਸਾਨੂੰ ਦਿੱਤੀ ਸੀ ਕਿ ਅਸੀਂ ਉਹਨੂੰ ਪੜ੍ਹ ਕੇ ਸਿੱਖੀਏ ਅਪਣਾਈਏ ਤੇ ਉਸ ਰਸਤੇ ਉੱਤੇ ਚੱਲ ਸਕੀਏ ਮਗਰ ਇਨਸਾਨ ਦੀ ਫਿਤਰਤ ਹੈ ਆਸਾਨ ਤੋਂ ਆਸਾਨ ਤਰੀਕਾ ਲੱਭਦਾ ਹੈ ਆਸਾਨ ਤਰੀਕਾ ਕੀ ਹੈ ਕਿ ਜਿਹੜਾ ਜਿਸਮ ਅੱਗੇ ਬੈਠਾ ਹੈ ਅਸੀਂ ਉਹਨੂੰ ਮੱਥੇ ਟੇਕਣੇ ਸ਼ੁਰੂ ਕਰ ਦਿੰਨੇ ਹਾਂ ਉਹਦੇ ਨਾਲ ਆਪਣੇ ਆਪ ਨੂੰ ਜੋੜ ਕੇ ਬਹਿ ਜਾਣੇ ਹੁਣ ਦੇਖੋ ਜਿਸਮ ਇੱਥੇ ਸਦਾ ਵਾਸਤੇ ਕਿਸੇ ਦਾ ਰਹਿ ਨਹੀਂ ਸਕਦਾ ਜਦੋਂ ਵੱਡੇ ਵੱਡੇ ਮਹਾਪੁਰਖਾਇ ਉਹਨਾਂ ਨੂੰ ਵੀ ਇੱਕ ਦਿਨ ਜਿਸਮ ਨੂੰ ਛੱਡ ਕੇ ਜਾਣਾ ਪਿਆ ਸਭ ਨੇ ਸਾਰੇ ਵੰਜਨਾ ਐਦਾਂ ਕੁਝ ਇਸ ਦੇ ਰਿਲੇਟਿਡ ਬਾਣੀ ਫਰਮਾਈ ਸੀ ਨਿਆ ਜਿਸਮ ਆਇਆ ਐਸੀ ਨਏ ਮਜ਼ਬ ਬਣਾ ਦਿੱਤੇ ਪੁਰਾਣਿਆਂ ਨੂੰ ਭੁੱਲਦੇ ਗਏ ਨਵੇਂਆਂ ਨਾਲ ਜੁੜਦੇ ਗਏ ਇਸੇ ਕਰਕੇ ਅਸੀਂ ਆਪਣੇ ਆਪ ਨੂੰ ਵੰਡ ਕੇ ਰੱਖਿਆ ਜੇ ਅਸੀਂ ਉਸ تعالਿਮ ਉਸ ਉਪਦੇਸ਼ ਦੇ ਉੱਤੇ ਧਿਆਨ ਦਿੱਤਾ ਹੁੰਦਾ ਤਾਂ ਆਪਣੇ ਆਪ ਸਾਨੂੰ ਸਮਝ ਆ ਜਾਂਦੀ ਸਭਨਾ ਦਾ ਪਿਰ ਇੱਕ ਹੈ ਪਿਰ ਬਿਨ ਦੂਸਰ ਨਹੀਂ ਕੋਈ ਸਾਡੇ ਸਾਰਿਆਂ ਦਾ ਪਿਤਾ ਉਹ ਕੁਲ ਮਾਲਿਕ ਉਹ ਅਕਾਲ ਪੁਰਖ ਤਾਂ ਦੋਸਤੋ ਇਹ ਗੱਲ ਬਾਬਾ ਜੀ ਨੇ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸਾਡੇ ਲਈ ਕਹੀ ਕਿ ਉਪਦੇਸ਼ ਉੱਤੇ ਧਿਆਨ ਰੱਖਣਾ ਚਾਹੀਦਾ ਹੈ ਜਿਸਮ ਤਾਂ ਆਉਂਦੇ ਜਾਂਦੇ ਰਹਿੰਦੇ ਹਨ ਸਸੰਗਤ ਦੇ ਦੌਰਾਨ ਬਾਬਾ ਜੀ ਨੇ ਫਰਮਾਇਆ ਕਿ ਅਸੀਂ ਲਫ਼ਜ਼ਾਂ ਦੇ ਨਾਲ ਵੰਡਵਡਾਈ ਪਾਲੀ ਹੁਣ ਦੇਖੋ ਘਰ ਵਿੱਚ ਬੱਚੇ ਤਾਂ ਜਨਮ ਹੁੰਦਾ ਹੈ ਉਹਦੀ ਇੱਕ ਅਲੱਗ ਤੋਂ ਹਸਤੀ ਕਾਇਮ ਕਰਨ ਵਾਸਤੇ ਮਾਪੇ ਉਹਦਾ ਨਾਮਕਰਨ ਕਰਦੇ ਹਨ ਯਾਨੀ ਕਿ ਮਾਪੇ ਨੂੰ ਜੋ ਵੀ ਚੰਗਾ ਲਫ਼ਜ਼ ਲੱਗਦਾ ਹੈ ਉਹ ਚੁਣ ਕੇ ਉਸ ਬੱਚੇ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਹੁਣ ਜਦੋਂ ਵੀ ਆਪਾਂ ਉਸ ਲਫ਼ਜ਼ ਨੂੰ ਬੋਲਾਂਗੇ ਉਸ ਦਾ ਤਾਲੁਕ ਉਸ ਬੱਚੇ ਦੇ ਨਾਲ ਹੈ ਤਾਂ ਸਾਡਾ ਧਿਆਨ ਉਸ ਬੱਚੇ ਦੀ ਤਰਫ ਜਾਂਦਾ ਹੈ ਮਗਰ ਮਾਂ ਨੇ ਆਪਣੇ ਪਿਆਰ ਦੇ ਅੰਦਰ ਆਪਣੀ ਭਾਵਨਾ ਦੇ ਅੰਦਰ ਉਸ ਬੱਚੇ ਨੂੰ ਕਈ ਲਫ਼ਜ਼ਾਂ ਦੇ ਨਾਲ ਪੁਕਾਰਨਾ ਹੈ ਮੇਰਾ ਬੇਟਾ ਮੇਰਾ ਪਿਆਰਾ ਮੇਰਾ ਲਾਡਲਾ ਹੁਣ ਲਗ ਲਗ ਲਫ਼ਜ਼ ਇਸਤੇਮਾਲ ਕਰਨ ਦੇ ਨਾਲ ਮਾਂ ਔਰ ਬੱਚੇ ਦਾ ਰਿਸ਼ਤਾ ਤਾਂ ਨਹੀਂ ਜੁੜਿਆ ਰਿਸ਼ਤਾ ਤਾਂ ਬੱਚੇ ਦੇ ਨਾਲ ਹੈ ਲਫ਼ਜ਼ਾਂ ਦਾ ਸਹਾਰਾ ਲਿੱਤਾ ਗਿਆ ਉਹਦੀ ਅਲੱਗ ਤੋਂ ਹਸਤੀ ਕਾਇਮ ਕਰਨ ਵਾਸਤੇ ਅਸੀਂ ਲਫ਼ਜ਼ਾਂ ਨੂੰ ਲੈ ਕੇ ਬੈਠ ਜਾਂਦੇ ਹਾਂ ਹੁਣ ਮਹਾਪੁਰਖ ਜਦੋਂ ਸਾਡੇ ਦਰਮਿਆਨ ਆਏ ਤਾਂ ਉਹਨਾਂ ਨੇ ਮਾਲਿਕ ਦੀ ਅਲੱਗ ਤੋਂ ਹਸਤੀ ਬਣਾਉਣ ਵਾਸਤੇ ਸਾਡੇ ਵਾਸਤੇ ਆਪਨੇ ਵੀ ਲਫ਼ਜ਼ਾਂ ਦਾ ਸਹਾਰਾ ਲਿਆ ਆਪਨੇ ਜਿਵੇਂ ਜਿਵੇਂ ਮਾਲਿਕ ਦੀ ਭਗਤੀ ਕੀਤੀ ਔਰ ਮਾਲਿਕ ਦੇ ਗੁਣ ਆਪਣੇ ਅੰਦਰ ਮਹਿਸੂਸ ਕੀਤੇ ਤੇ ਉਹਨਾਂ ਗੁਣਾ ਦੇ ਉੱਤੇ ਆਧਾਰਿਤ ਆਪਨੇ ਇਹ ਮਾਲਿਕ ਦੇ ਅਲੱਗ-ਅਲੱਗ ਨਾਮ ਰੱਖ ਦਿੱਤੇ ਇਹ ਸਭ ਮਾਲਿਕ ਦੇ ਜ਼ਾਤੀ ਜਾਂ ਸਿਫਾਤੀ ਨਾਮ ਹਨ ਇਹ ਮਾਲਿਕ ਦੇ ਐਟਰੀਬਿਊਟਿਵ ਜਾਂ ਡਿਸਕ੍ਰਿਪਟਿਵ ਨਾਮ ਹਨ ਮਗਰ ਮਾਲਿਕ ਹੋਤਾ ਨਾਮੀ ਹੈ ਜਿਹਦਾ ਕੋਈ ਨਾਮ ਨਹੀਂ ਜੋਸਤੋ ਗਿਵ ਅਪਾ ਜੀ ਨੇ ਬਹੁਤ ਸੁੰਦਰ ਉਦਾਹਰਨ ਦਿੱਤਾ ਇਸ ਉੱਤੇ ਜੋ ਅੱਗੇ ਵੀ ਫਰਮਾਂਦੇ ਹੁੰਦੇ ਆ ਕਿ ਜਦੋਂ 10ਵੀਂ ਪਾਸ਼ਾਹੀ ਸਾਡੇ ਦਰਮਿਆਨ ਆਏ ਤਾਂ ਉਸ ਵਕਤ ਆਪ ਨੇ ਜਿੰਨੇ ਵੀ ਮਾਲਿਕ ਦੇ ਹਰਚਲਿਤ ਨਾਮ ਸਨ ਆਪ ਨੇ ਲਿਖਨੇ ਸ਼ੁਰੂ ਕਰ ਦਿੱਤੇ ਔਰ 1100 1200 ਅਲੱਗ ਅਲੱਗ ਨਾਮ ਲਿਖਣ ਤੋਂ ਬਾਅਦ ਸਾਰੀ ਬਹਿਸ ਖਤਮ ਕਰਦੇ ਹੋਏ ਅੰਤ ਵਿੱਚ ਆਪ ਨੇ ਉਹਨੂੰ ਅਨਾਮੀ ਕਹਿ ਕੇ ਬਿਆਨ ਕਰ ਦਿੱਤਾ ਕਿ ਜਿਹਦਾ ਕੋਈ ਨਾਮ ਨਹੀਂ ਔਰ ਬਾਣੀ ਨੇ ਸਾਨੂੰ ਕੀ ਹਿਦਾਇਤ ਦਿੱਤੀ ਬਲਿਹਾਰੀ ਜਾऊं ਜੀਤੇ ਤੇਰੇ ਨਾਮ ਹੈ ਕਿਪਾ ਮੈਂ ਕਿਸੇ ਵੀ ਲਫ਼ਜ਼ ਦੇ ਨਾਲ ਯਾਦ ਕਰੀਏ ਉਹਦੀ ਹਸਤੀ ਨਹੀਂ ਬਦਲ ਜਾਣੀ ਭਗਤੀ ਉਸ ਇੱਕ ਦੀ ਕਰਨੀ ਹੈ ਹੁਣ ਅਸੀਂ ਸੰਤਾਂ ਦੇ ਨਾਲ ਉਹਨਾਂ ਦੇ ਜਿਸਮਾਂ ਦੇ ਨਾਲ ਜੁੜ ਜਾਣੇ ਹਾਂ ਜਿਸਮ ਉਹਨਾਂ ਨੇ ਧਾਰੇ ਹਨ ਸਾਨੂੰ ਉਹ ਉਦਾਹਰਨ ਬਣ ਕੇ ਆਏ ਸੀ ਸਾਨੂੰ ਸਮਝਾਉਣ ਵਾਸਤੇ ਕਿ ਆਪਣੇ ਉਦਾਹਰਨ ਦੇ ذریعے ਸਾਨੂੰ ਸਮਝਾ ਸਕਣ ਸਾਨੂੰ ਦਿਖਾ ਸਕਣ ਕਿ ਆਪਾਂ ਕਿਵੇਂ ਮਾਲਿਕ ਦੀ ਭਗਤੀ ਕਰਨੀ ਹੈ ਮਗਰ ਉਹਨਾਂ ਦੇ ਉਪਦੇਸ਼ ਨੂੰ ਤਾਂ ਕੋਈ ਵਿਰਲਾ ਹੀ ਸੁਣਦਾ ਹੋਊਗਾ ਸੱਸੰਗ ਦੌਰਾਨ ਬਾਬਾ ਜੀ ਨੇ ਹਜ਼ੂਰ ਮਹਾਰਾਜ ਜੀ ਦਾ ਵੀ ਉਦਾਹਰਨ ਦਿੱਤਾ ਕਿ ਉਹਨਾਂ ਨੇ ਸਾਨੂੰ 40 ਸਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਇਹ ਜਿਹੜਾ ਆਪਾਂ ਰੋਜ਼ ਸੱਸੰਗ ਸੁਣਦੇ ਹਾਂ ਕਿ ਇਹ ਸਾਡੇ ਪੱਲੇ ਪੈਂਦਾ ਹੈ ਅਸੀਂ ਫੇਰ ਆਇਸਤਾ ਆਇਸਤਾ ਉਹਨਾਂ ਗੱਲਾਂ ਵਿੱਚ ਪੈ ਜਾਂਦੇ ਹਾਂ ਅਸੀਂ ਜਿਸਮਾ ਨੂੰ ਲੈ ਕੇ ਬੈਠ ਜਾਂਦੇ ਹਾਂ ਹੁਣ ਗੁਰੂ ਕਿਹਨੂੰ ਕਹਿੰਦੇ ਹਨ ਕਿ ਆਪਾਂ ਜਿਸਮ ਨੂੰ ਗੁਰੂ ਕਹਿੰਦੇ ਹਾਂ ਗੁਰੂ ਤਾਂ ਸ਼ਬਦ ਸਰੂਪੀ ਹੈ ਹੁਣ ਦੋਸਤੋ ਇੱਥੇ ਜੋ ਦੂਜੀ ਸੋਚ ਵਾਲੇ ਲੋਗ ਹਨ ਉਹ ਸੁਣ ਲੈਣ ਜਿਨ੍ਹਾਂ ਉਤੇ ਆਪਾਂ ਕਲੀਅਰਿਫਿਕੇਸ਼ਨ ਵੀਡੀਓਜ਼ ਬਣਾਉਣੇ ਹੁੰਨੇ ਆ ਕੀ ਬਾਣੀ ਵਿੱਚ ਫਰਮਾਇਆ ਸ਼ਬਦ ਗੁਰੂ ਸੁਰਤ ਧੁਨ ਚੇਲਾ ਨਾ ਤਾਂ ਸ਼ਰੀਰ ਵਿੱਚ ਤਾਕਤ ਹੈ ਕਿ ਗੁਰੂ ਬਣ ਸਕੇ ਔਰ ਨਾ ਹੀ ਸ਼ਰੀਰ ਵਿੱਚ ਤਾਕਤ ਹੈ ਕਿ ਉਹ ਸ਼ਿਸ਼ ਬਣ ਕੇ ਇਹ ਸਭ ਚੀਜ਼ਾਂ ਨਿਵਾ ਸਕੇ ਮਗਰ ਸ਼ੁਰੂਆਤ ਸ਼ਰੀਰ ਤੋਂ ਹੋਊਗੀ ਕਿਉਂਕਿ ਇਸ ਵਕਤ ਸਾਡਾ ਸਾਰਾ ਦਾਇਰਾ ਸ਼ਰੀਰ ਦੇ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਸ਼ਰੀਰ ਨੂੰ ਸ਼ਰੀਰ ਸਮਝਾਊਗਾ ਮਗਰ ਸਰੀਰ ਵਿੱਚ ਬੈਠ ਕੇ ਜਦੋਂ ਅਸੀਂ ਆਪਣੀ ਸੁਰਤ ਨੂੰ ਜਾਗਰਿਤ ਕਰਾਂਗੇ ਇਸ ਕੌਨਸ਼ੀਅਸਨੈਸ ਨੂੰ ਜਾਗਰਿਤ ਕਰਾਂਗੇ ਸ਼ਿਸ਼્ય ਬਣਨ ਦੀ ਤਾਕਤ ਡਿਸਾਈਪਲ ਬਣਨ ਦੀ ਤਾਕਤ ਸਰੀਰ ਵਿੱਚ ਨਹੀਂ ਹੈ ਉਹ ਤੁਹਾਡੀ ਸੁਰਤ ਵਿੱਚ ਹੈ ਉਸ ਕੌਨਸ਼ੀਅਸਨੈਸ ਵਿੱਚ ਹੈ ਉਹ ਨਿਭਾ ਪਾਉਗੀ ਸਰੀਰ ਨਹੀਂ ਨਿਭਾ ਪਾਉਗਾ ਜਿੰਦੇ ਜੀ ਬਿਮਾਰੀ ਹੋ ਜਾਵੇ ਅਸੀਂ ਤਾਂ ਉੱਤੇ ਹੀ ਸਿਰ ਫੜ ਕੇ ਬੈਠ ਜਾਣੇ ਹਾਂ ਇਸ ਕਰਕੇ ਜਦੋਂ ਆਪਾਂ ਆਪਣੀ ਭਜਨ ਬੰਦਗੀ ਦੇ ਜ਼ਰੀਏ ਸੁਰਤ ਨੂੰ ਜਾਗਰਤ ਕਰਾਂਗੇ ਉਹ ਸੁਰਤ ਸ਼ਿਸ਼્ય ਬਣੂਗੀ ਫੇਰ ਉਹ ਸੁਰਤ ਧੁਨ ਨੂੰ ਪਕੜਦੀ ਹੋਈ ਤਾਂ ਕਿਤੇ ਜਾ ਕੇ ਅਸਲ ਗੁਰੂ ਦੀ ਪਹਿਚਾਨ ਕਰੂਗੀ ਜੋ ਸ਼ਬਦ ਸਰੂਪੀ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਤਾਂ ਇਹ ਉਹ ਸੁਣਨ ਜਿਹੜੇ ਰਾਜਸਵਾਮੀ ਦਾ ਉਪਦੇਸ਼ ਨਹੀਂ ਜਾਣਦੇ ਜਾਂ ਜਿਹੜੇ ਦੇਹਤਾਰੀ ਗੁਰੂ ਨੂੰ ਨਹੀਂ ਮੰਨਦੇ ਹਾਲਾਂਕਿ ਬਾਣੀਆਂ ਵਿੱਚ ਆਇਆ ਵਾ ਕੁਝ ਮਿੰਟ ਪਹਿਲਾਂ ਆਪਾਂ ਨੇ ਹੋਰ ਵੀ ਤੁਕਾਂ ਨਾਲ ਗੁਰਬਾਣੀਆਂ ਨਾਲ ਇੱਕ ਵੀਡੀਓ ਪੇਸ਼ ਕੀਤੀ ਸੀ ਅੱਗੇ ਬਾਬਾ ਜੀ ਨੇ ਫਰਮਾਇਆ ਕਿ ਸਾਰੀ ਉਮਰ ਜੇ ਆਪਾਂ ਪਹਿਲੀ ਕਲਾਸ ਵਿੱਚ ਹੀ ਬੈਠੇ ਰਵਾਂਗੇ ਨਾ ਤਾਂ ਉੱਤੇ ਕਾ ਖਾਗਾ ਏਬੀਸੀਡੀ ਤੱਕ ਹੀ ਸਾਡਾ ਦਾਇਰਾ ਸੀਮਿਤ ਰਹੂਗਾ ਸਿੱਖਾਂਗੇ ਕੁਝ ਨਹੀਂ ਐਸੀ ਅੱਗੇ ਵਧਣਾ ਹੈ ਔਰ ਅੱਗੇ ਵਧ ਕੇ ਇਹ ਪਹਿਚਾਨ ਕਰਨੀ ਹੈ ਕਿ ਉਹ ਸੱਚੇ ਗੁਰੂ ਦੇ ਨਾਲ ਮਿਲਾਬ ਕਿਵੇਂ ਹੋਊਗਾ ਇਹ ਸਿਰਫ ਬਾਬਿਆਂ ਕੋਲੇ ਜਾ ਕੇ ਮੱਥੇ ਟੇਕ ਕੇ ਡੇਰਿਆਂ ਵਿੱਚ ਜਾ ਕੇ ਇਹ ਸਾਡਾ ਕਾਰਜ ਪੂਰਾ ਨਹੀਂ ਹੋਣ ਲੱਗਾ ਜਿੰਨਾ ਚਿਰ ਅਸੀਂ ਭਜਨ ਸਿਮਰਨ ਕਰਕੇ ਉਹ ਅੰਦਰਲੇ ਸ਼ਬਦ ਰੂਪੀ ਗੁਰੂ ਦੇ ਨਾਲ ਅਸੀਂ ਆਪਣੇ ਆਪ ਨੂੰ ਨਹੀਂ ਜੋੜਾਂਗੇ ਸਤਸੰਗ ਦੌਰਾਨ ਬਾਬਾ ਜੀ ਨੇ ਵੀ فرمایا ਕਿ ਜੇ ਅਸੀਂ ਇਹ ਸੋਚਦੇ ਹਾਂ ਕਿ ਸਾਡੀ ਕਰਨੀ ਦੇ ਨਾਲ ਇਹ ਸਾਡੇ ਕਰਮ ਖਤਮ ਹੋ ਜਾਣਗੇ ਤਾਂ ਇਹ ਸਾਡੀ ਗਲਤਫਹਿਮੀ ਹੈ ਅਸੀਂ ਇੱਕ ਜਨਮ ਤੱਕ ਹੀ ਕਈ ਵਾਰੀ ਆ ਕੇ ਵੀ ਜਨਮ ਲੈ ਲਈਏ ਇਹ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਫਿਰ ਵੀ ਖਤਮ ਨਹੀਂ ਹੋਣਾ ਤਾਂ ਇਹ ਕਿਵੇਂ ਖਤਮ ਹੋਊਗਾ ਤਾਂ ਆਪ ਕਹਿੰਦੇ ਹਨ ਸ਼ਬਦ ਕਰਮ ਕੀ ਰੇਖ ਕਟਾਏ ਸ਼ਬਦ ਸ਼ਬਦ ਸੇ ਜਾਇ ਮਿਲਾਏ ਉਹ ਤਾਕਤ ਸ਼ਬਦ ਵਿੱਚ ਹੈ ਜਦੋਂ ਅਸੀਂ ਆਪਣਾ ਧਿਆਨ ਅੰਤਰਮੁਖ ਕਰਾਂਗੇ ਸ਼ਬਦ ਦੇ ਨਾਲ ਜੋੜਾਂਗੇ ਤਾਂ ਉਹ ਅਵਸਥਾ ਵਿੱਚ ਪਹੁੰਚਾਂਗੇ ਕਿ ਇਨ੍ਹਾਂ ਕਰਮਾਂ ਤੋਂ ਰਾਹਤ ਮਿਲ ਸਕੇ ਬਾਬਾ ਜੀ ਨੇ ਫਰਮਾਇਆ ਕਿ ਬਾਰ ਬਾਰ ਇਹ ਕਿਹਾ ਜਾਂਦਾ ਹੈ ਕਿ ਸਾਡੇ ਉੱਤੇ ਦਇਆ ਮਿਹਰ ਕਰ ਦੋ ਦਇਆ ਤਾਂ ਐਸੀ ਆਪਣੇ ਆਪ ਤੇ ਕਰਨੀ ਹੈ ਹੋਰ ਨਹੀਂ ਕੋਈ ਕਰ ਸਕਦਾ ਅਗੇ ਦੋਸਤੋ ਆ빠 ਜੀ ਨੇ ਉਹੀ ਕੱਪੜੇ ਦਾ ਉਦਾਹਰਣ ਦਿੱਤਾ ਕਿ ਆਪਨੇ ਹੋਰ ਖੋਲ ਕੇ ਸਮਝਾਇਆ ਮੂਤ ਪਲਿੱਤੀ ਕੱਪੜ ਹੋਵੇ ਜੇ ਉਹ ਕੱਪੜਾ ਗੰਦਾ ਹੋ ਜਾਂਦਾ ਹੈ ਆਪਾਂ ਧੋਬੀ ਨੂੰ ਦੇ ਦਿੰਦੇ ਹਾਂ ਦਾਗ ਕੋਈ ਪੈ ਜਾਵੇ ਧੋਬੀ ਵੀ ਹੱਥ ਝੁਕ ਦਿੰਦਾ ਹੈ ਕਿ ਭਾਈ ਇਹ ਮੇਰੇ ਵੱਸ ਦੀ ਗੱਲ ਨਹੀਂ ਇਹ ਤਾਂ ਦਾਗ ਹੀ ਬਹੁਤ ਗਹਿਰਾ ਹੈ ਫਿਰ ਆਪਾਂ ਕੀ ਕਰਦੇ ਹਾਂ ਕੱਪੜਾ ਸਾਨੂੰ ਬਹੁਤ ਚੰਗਾ ਲੱਗਦਾ ਹੈ ਇਸ ਕਰਕੇ ਜੇ ਆਪਾਂ ਉਸ ਕੱਪੜੇ ਦਾ ਇਸਤੇਮਾਲ ਕਰਨਾ ਹੈ ਤਾਂ ਆਪਾਂ ਉਹਨੂੰ ਹਲਾਰੀ ਕੋਲ ਲੈ ਜਾਣੇ ਆਂ ਤਾ ਹਲਾਰੀ ਉਹਦੇ ਉੱਤੇ ਕੋਈ ਗੂੜਾ ਰੰਗ ਪਾ ਦਿੰਦਾ ਹੈ ਜਿਹਦੇ ਨਾਲ ਉਹ ਦਾਗ ਦਿਖਾਈ ਨਹੀਂ ਦਿੰਦਾ ਇਸ ਕਰਕੇ ਆਪਾਂ ਵੀ ਉਸ ਮਾਲਿਕ ਦੇ ਅੱਗੇ ਬੇਨਤੀ ਕਰਦੇ ਹਾਂ ਗੂੜੇ ਰੰਗ ਵਿੱਚ ਰੰਗ ਦਿਓ ਜੀ ਕਿ ਮੈਲੀਆਂ ਨੇ ਸਾਡੀਆਂ ਰੂਹਾਂ ਕਿ ਆਪਣੇ ਨਾਮ ਦੇ ਰੰਗ ਵਿੱਚ ਰੰਗ ਦੇ ਇਹ ਸਾਡੇ ਵਸ ਦੀ ਗੱਲ ਨਹੀਂ ਕਿ ਆਪਾਂ ਕਰਮਾਂ ਦਾ ਹਿਸਾਬ ਕਿਤਾਬ ਖਤਮ ਕਰ ਸਕੀਏ ਐਸੀ ਇੱਕ ਕਰਮ ਖਤਮ ਕਰਦੇ ਹਾਂ ਨਾਲ 10 ਹੋਰ ਜੋੜ ਲੈਂਦੇ ਹਾਂ ਬਾਬਾ ਜੀ ਨੇ ਇਹ ਵੀ ਫਰਮਾਇਆ ਕਿ ਜੋ ਆਪਾਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਕਿ ਜੋ ਮਾਲਕ ਨੇ ਸਾਡੀ ਡੈਸਟਨੀ ਸਾਡੀ ਕਿਸਮਤ ਬਣਾਈ ਹੈ ਕੀ ਉਹ ਬਹਤਰ ਨਹੀਂ ਜਾਣਦਾ ਕੀ ਉਹਨੂੰ ਪਤਾ ਨਹੀਂ ਕਿ ਉਸ ਮਾਲਕ ਨੇ ਗਲਤੀ ਕੀਤੀ ਹੈ ਕਿ ਹੋਰ ਕੋਈ ਤਾਕਤ ਰੱਖਦਾ ਹੈ ਕਿ ਮਾਲਕੀ ਦੀ ਕਰਨੀ ਨੂੰ ਮੋੜ ਸਕੇ ਆਪਾਂ ਤਾਂ ਉਹਦੇ ਹੁਕਮ ਵਿੱਚ ਰਹਿਣਾ ਹੈ ਉਹਦੇ ਭਾਣੇ ਵਿੱਚ ਰਹਿਣਾ ਹੈ ਪਰਮਾਰਥ ਦਾ ਮਤਲਬ ਕੀ ਹੈ ਅਹਿਸਾਸ ਰੀਅਲਾਈਜੇਸ਼ਨ ਐਸੀ ਸੋਚਦੇ ਹਾਂ ਕਿ ਕੁਝ ਕਰਨਾ ਹੈ ਕਿੱਥੇ ਜਾਣਾ ਹੈ ਬਾਹਰੀ ਸਾਧਨਾਂ ਵਿੱਚ ਫਸੇ ਰਹਿੰਨੇ ਹਾਂ ਦੋਸਤੋ ਇਹ ਗੱਲ ਆਪਾਂ ਆਮ ਦੇਖਦੇ ਹਾਂ ਕਿ ਲੋਕ ਆਸਾਨ ਤੋਂ ਆਸਾਨ ਤਰੀਕਾ ਲੱਭਦੇ ਆ ਤੇ ਬਾਹਰਮੁਖੀ ਸਾਧਨਾਂ ਵਿੱਚ ਫਸੇ ਰਹਿੰਦੇ ਆ ਮਾਲਿਕ ਨੇ ਜੋ ਦੇਣਾ ਸੀ deta ਸਾਨੂੰ ਸਿਰਫ ਉਹਦੀ ਪਹਿਚਾਨ ਚਾਹੀਦੀ ਹੈ ਬਾਬਾ ਜੀ ਨੇ فرمایا ਕਿ ਹੋਰ ਮੰਗਣ ਦੀ ਲੋੜ ਨਹੀਂ ਜਿੰਨਾ ਉਹਨੇ ਦਿੱਤਾ ਬਹੁਤ ਆ ਸਾਡੇ ਵਾਸਤੇ ਉਹਨੂੰ ਸੰਭਾਲ ਕੇ ਕਦਰ ਕਰਨੀ ਹੈ ਸਹੀ ਰਸਤੇ ਨੂੰ ਅਪਣਾਉਣਾ ਹੈ ਦੋਸਤੋ ਫਿਰ ਇਹ ਗੱਲ ਬਾਬਾ ਜੀ ਨੇ ਉਹਨਾਂ ਵਾਸਤੇ ਕਹੀ ਸੀ ਉਹਨਾਂ ਲੋਕਾਂ ਵਾਸਤੇ ਜੋ ਧਾਰਮਿਕ ਸਥਾਨਾਂ ਤੇ ਜਾ ਕੇ ਮੱਥੇ ਰਗੜਦੇ ਰਹਿੰਦੇ ਆ ਨੱਕ ਰਗੜਦੇ ਰਹਿੰਦੇ ਆ ਲੰਬੇ ਪੈ ਪੈ ਕੇ ਤੇ ਆਪਣੇ ਆਪ ਨੂੰ ਬਹੁਤ ਪਰਮਾਰਥੀ ਗੁਣੀ ਗਿਆਨੀ ਸਮਝਦੇ ਆ ਤੇ ਅਸਲ ਚੀਜ਼ ਵੱਲ ਧਿਆਨ ਨਹੀਂ ਇਹ ਸਰੀਰ ਦੇ ਅੰਦਰ ਜਾਣ ਦੀ ਕੋਸ਼ਿਸ਼ ਨਹੀਂ ਕਰਦੇ ਕੁਝ ਓਦਾਂ ਦੇ ਵੀ ਲੋਕ ਸਾਨੂੰ ਦੇਖਦੇ ਆ ਇਸ ਕਰਕੇ ਇਹ ਗੱਲ ਕਹੀ ਗਈ ਬਾਬਾ ਜੀ ਫਰਮਾਂਦੇ ਹੁੰਦੇ ਆ ਕਿ ਇਹਨਾਂ ਸਭ ਚੀਜ਼ਾਂ ਦਾ ਵੀ ਇੱਕ ਦਾਇਰਾ ਵਾ ਇਹ ਚੀਜ਼ਾਂ ਮਾਹੌਲ ਬਣਾਉਣ ਵਾਸਤੇ ਦਸੀਆਂ ਗਈਆਂ ਸੀ ਬਾਹਰੀ ਗਿਆਨ ਆ ਸਕੇ ਸਾਨੂੰ ਪਤਾ ਲੱਗ ਸਕੇ ਬਾਹਰੀ ਤੌਰ ਤੇ ਕਿ ਕੀ ਕਰਨਾ ਹੈ ਬਾਬਾ ਜੀ ਨੇ ਇਹ ਵੀ ਸਮਝਾਇਆ ਬਹੁਤ ਵੱਡੀ ਗੱਲ ਕਹੀ ਕਿ ਕੀ ਸਾਡਾ ਦਾਇਰਾ ਇੰਨਾ ਵੱਡਾ ਹੈਗਾ ਕਿ ਅਸੀਂ ਉਸ ਮਾਲਕ ਦੀ ਕਰਨੀ ਨੂੰ ਜਾਣ ਸਕਦੇ ਹਾਂ ਐਸੀ ਪੁੱਛ ਲੈਂਦੇ ਹਾਂ ਕਿ ਉਹਨੂੰ ਦੁੱਖ ਕਿਉਂ ਹੋਇਆ ਉਹਨੂੰ ਇਹ ਬਿਮਾਰੀ ਕਿਵੇਂ ਹੋਈ ਕਿਉਂ ਹੋਈ ਇੰਨਾ ਦੁੱਖ ਕਿਉਂ ਹੋ ਰਿਹਾ ਹੈ ਇਹ ਲੜਾਈ ਝਗੜੇ ਕਿਉਂ ਹੋ ਰਹੇ ਹਨ ਉਹਦੀ ਕਰਨੀ ਨੂੰ ਪਹਿਚਾਨਣ ਵਾਸਤੇ ਪਹਿਲਾਂ ਆਪਣੀ ਅਵਸਥਾ ਉਹਜੀ ਬਣਾਣੀ ਹੈ ਐਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਉਹਦੀ ਕਰਨੀ ਦੀ ਪਹਿਚਾਨ ਕਰਨੀ ਹੈ ਪਹਿਲਾਂ ਆਪਣੀ ਅਵਸਥਾ ਆਪਣਾ ਦਾਇਰਾ ਇੰਨਾ ਖੋਲੋ ਤਾਂ ਇੰਨਾਂ ਚੀਜ਼ਾਂ ਦੀ ਸਮਝ ਹੋਊਗੀ ਕਬੀਰ ਸਾਹਿਬ ਦਾ ਵੀ ਇੱਕ ਬਹੁਤ ਸੁੰਦਰ ਉਦਾਹਰਣ ਦਿੱਤਾ ਗਿਆ ਆਪ ਫਰਮਾਉਂਦੇ ਹਨ ਜੋ ਦੀਸੇ ਸੋ ਤੋ ਹੈ ਨਾਹੀ ਜੋ ਹੈ ਸੋ ਕਹਾ ਨਾ ਜਾਈ ਸਿਆਣਾ ਬਿਆਣਾ ਕਿਆ ਸਮਝਾਈ ਗੂੰਗੇ ਕਾ ਗੁਰ ਭਾਈ ਕਿ ਜੋ ਦਿਖਾਈ ਦਿੰਦਾ ਹੈ ਉਹ ਤਾ ਉਹ ਹੈ ਨਹੀਂ ਔਰ ਜੋ ਉਹ ਹੈ ਉਹਦੀ ਅਸੀਂ ਪਛਾਣ ਨਹੀਂ ਕਰ ਪਾਉਂਦੇ ਤਾਂ ਸੰਤ ਮਹਾਤਮਾ ਲਫ਼ਜ਼ਾਂ ਦੇ ਨਾਲ ਕੀ ਆ ਕੇ ਸਮਝਾਣ ਆਪ ਸਮਝਾਉਂਦੇ ਹਨ ਗੂੰਗੇ ਕਾ ਗੁਰ ਭਾਈ ਕੀ ਗੁੰਗੇ ਨੂੰ ਗੁੜ ਦੇ ਕੇ ਪੁੱਛੋ ਕਿੰਨਾ ਕਮਿੱਠਾ ਹੈ ਤਾਂ ਉਹ ਗੂੰਗੂੰਂ ਤੇ ਸਵਾ ਹੋਰ ਕੁਝ ਨਹੀਂ ਬਿਆਨ ਕਰ ਸਕਦਾ ਇਹ ਸਾਡੀ ਅਵਸਥਾ ਸਮਝਾ ਰਹੇ ਹਨ ਇਹ ਗੱਲ ਦੋਸਤੋ ਬਾਬਾ ਜੀ ਨੇ ਉਹਨਾਂ ਵਾਸਤੇ ਕਹੀ ਜਿਹੜੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਿਆਣਾ ਸਮਝਦੇ ਆ ਕਿ ਜੀ ਉਹਨਾਂ ਨੂੰ ਸਭ ਕੁਝ ਪਤਾ ਤੇ ਉਹ ਆਪਣੇ ਮਨ ਦੇ ਮੁਤਾਬਿਕ ਗੱਲਾਂ ਬੋਲਦੇ ਆ ਇਹ ਜਿਹੇ ਲੋਕ ਵੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਦੇਖੇ ਹੋਣਗੇ ਥੋੜਾ ਜਿਹਾ ਉਹਨਾਂ ਨੂੰ ਬਾਹਰੀ ਗਿਆਨ ਆ ਜਾਂਦਾ ਵਾ ਗਰੰਤ ਪੋਤੀਆਂ ਬਾਹਰੋਂ ਪੜ ਲੈਂਦੇ ਆ ਉਹ ਆਪਣੇ ਆਪ ਨੂੰ ਬਹੁਤ ਉੱਚ ਗਿਆਨੀ ਉੱਚ ਕੋਟੀ ਦਾ ਮਹਾਤਮਾ ਹੀ ਸਮਝਣ ਸ਼ੁਰੂ ਕਰ ਦਿੰਦੇ ਆ ਅੱਗੇ ਬਾਬਾ ਜੀ ਨੇ ਫਰਮਾਇਆ ਕਿ ਪਰਮਾਰਥ ਸਿਖਾਈ ਨਹੀਂ ਜਾਂਦੀ ਨਾ ਇਹ ਸਿੱਖੀ ਜਾਂਦੀ ਹੈ ਇਹਨੂੰ ਆਪਾਂ ਆਪਣੇ ਅੰਦਰੋਂ ਮਹਿਸੂਸ ਕਰਨਾ ਹੈ ਜਿਵੇਂ ਪ੍ਰੀਮ ਔਰ ਪਿਆਰ ਦੀ ਭਾਵਨਾ ਹੈ ਪਿਆਰ ਸਿਖਾਇਆ ਨਹੀਂ ਜਾਂਦਾ ਉਹਨੂੰ ਜਦੋਂ ਆਪਾਂ ਮਹਿਸੂਸ ਕਰਦੇ ਆ ਨਾ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਇਹ ਜਿਹੜਾ ਲਫ਼ਜ਼ ਹੈ ਪਿਆਰ ਇਹ ਕਿਨੂੰ ਕਹਿੰਦੇ ਹਨ ਦੋਸਤੋ ਬਾਬਾ ਜੀ ਨੇ ਇਹ ਜਿਹੀਆਂ ਹੀ ਹੋਰ ਕੁਝ ਚੰਗ ਗੱਲਾਂ ਫਰਮਾਈਆਂ ਅੱਗੇ ਡਿਟੇਲ ਵਿੱਚ ਵੀ ਪੂਰਾ ਸਮਝਾਇਆ ਤੇ ਵੱਡੇ ਵੱਡਿਆਂ ਦਾ ਕਮਾਂਡ ਤੋੜ ਦਿੱਤਾ ਹੋਊਗਾ ਜੋ ਆਪਾਂ ਕਲੈਰੀਫਿਕੇਸ਼ਨ ਵੀਡੀਓਜ਼ ਪਾਉਂਦੇ ਆ ਉਸ ਉੱਤੇ ਵੀ ਆਪਾਂ ਦੇਖ ਸਕਦੇ ਆ ਕਿਵੇਂ ਵੱਡੇ ਵੱਡੇ ਗੁਣੀ ਗਿਆਨੀ ਆਪਣੇ ਆਪ ਨੂੰ ਸਮਝਦੇ ਆ ਅਵਤਵਾ ਬੁਲੀ ਜਾਂਦੇ ਹੁੰਦੇ ਆ ਉਹਨਾਂ ਦਾ ਕਮਾਂਡ ਅਹੰਕਾਰ ਸਭ ਗਿਆਨ ਚੂਰ-ਚੂਰ ਹੋ ਜਾਊਗਾ ਇਹ ਗੱਲਾਂ ਸੁਣ ਕੇ ਸ਼ਰਮ ਆ ਜਾਊਗੀ ਕਈ ਵਾਰ ਆਪਾਂ ਦੇਖਦੇ ਆ ਤੁਹਾਨੂੰ ਇਸ ਪ੍ਰੂਫ ਵੀ ਦਿਖਾਇਆ ਗਿਆ ਵਾ ਕਿ ਉਹਨਾਂ ਨੂੰ ਡੇਰਾ ਬਿਆਸ ਦੀ ਬਾਬਾ ਜੀ ਦੀ ਟੀਚਿੰਗ ਦਾ ਹੀ ਨਹੀਂ ਪਤਾ ਹੁੰਦਾ ਬਹੁਤ ਜ਼ਿਆਦਾ ਮਿਸ ਇਨਫੋਰਮੇਸ਼ਨ ਹੁੰਦੀ ਹੈ ਤੇ ਉਹ ਉਹੀ ਸਾਹਮਣੇ ਰੱਖਦੇ ਆ ਵੀਡੀਓਜ਼ ਬਣਾ ਬਣਾ ਕੇ ਹੇਟ ਵੀਡੀਓਜ਼ ਪਰਮਾਰਥ ਤੇ ਰੂਹਾਨੀਅਤ ਦਾ ਅਰਥ ਵੀ ਸਮਝਾਇਆ ਗਿਆ ਕਿ ਹੁਣ ਆਪਾਂ ਕਹਿ ਤਾ ਦਿੰਨੇ ਆ ਕਿ ਪਰਮਾਰਥ ਹੁਣ ਇਹਦਾ ਅਰਥ ਕੀ ਹੈ ਮਤਲਬ ਕੀ ਹੈ ਪਰਮ ਦਾ ਅਰਥ ਰੂਹਾਨੀਅਤ ਸਾਡੀ ਰੂਹ ਦਾ ਸਫਰ ਆਤਮਾ ਦਾ ਸਫਰ ਫਿਰ ਬਾਬਾ ਜੀ ਨੇ ਫਰਮਾਇਆ ਕਿ ਜਦੋਂ ਵੀ ਆਪਾਂ ਬਾਣੀਆਂ ਪੜ੍ਹਦੇ ਹਾਂ ਲਫ਼ਜ਼ ਇਸਤੇਮਾਲ ਕਰਦੇ ਹਾਂ ਇੱਕ ਇੱਕ ਲਫ਼ਜ਼ ਦਾ ਦਾਇਰਾ ਹੈ ਔਰ ਜਿੰਨਾ ਚਿਰ ਉਹਦੀ ਸਮਝ ਨਹੀਂ ਆਊਗੀ ਆਪਾਂ ਉਸ ਰਸਤੇ ਉੱਤੇ ਨਹੀਂ ਚੱਲ ਪਾਵਾਂਗੇ ਫਿਰ ਦੋਸਤੋਂ ਪਖੰਡ ਉੱਤੇ ਵੀ ਬਾਬਾ ਜੀ ਨੇ ਫਰਮਾਇਆ ਆਖਰੀ ਵਿੱਚ ਵੀ ਕਿ ਕਿਵੇਂ ਆਪਾਂ ਦੇਖਦੇ ਹਾਂ ਕਿਸੇ ਧਰਮ ਸਥਾਨ ਤੇ ਚਲੇ ਜਾਓ ਕਿਵੇਂ ਲੇਟ-ਲੇਟ ਕੇ ਨੱਕ ਰਗੜ ਰਗੜ ਕੇ ਮੱਥੇ ਟੇਕਦੇ ਹਾਂ ਉਲਟਾ ਆਪਣੇ ਆਪ ਨੂੰ ਟੰਗਦੇ ਹਾਂ ਇਹ ਸਭ ਪਖੰਡ ਹੈ ਕਿ ਮਾਲਕ ਇਹਦੇ ਨਾਲ ਖੁਸ਼ ਹੋਊਗਾ ਕੀ ਅਸੀਂ ਸਮਝਦੇ ਹਾਂ ਮਾਲਕ ਸਾਡੇ ਦੁੱਖ ਤਕਲੀਫ ਦੇ ਨਾਲ ਖੁਸ਼ ਹੋਊਗਾ ਉਹ ਸਾਨੂੰ ਨੀਚਾ ਦਿਖਾਉਣ ਵਾਸਤੇ ਆਇਆ ਹੈ ਜਾਂ ਸਾਨੂੰ ਉੱਚਾ ਚੱਕਣ ਵਾਸਤੇ ਆਇਆ ਹੈ ਇਸ ਕਰਕੇ ਦਿਖਾਵੇ ਦੀ ਭਗਤੀ ਨਹੀਂ ਚੱਲਣੀ ਇਹਨਾਂ ਨੂੰ ਪਖੰਡ ਕਹਿੰਦੇ ਹਨ ਪਖੰਡ ਕੀਨੇ ਜਮ ਨਹੀਂ ਛੋੜੇ ਲੈ ਜਾਸੀ ਪਤ ਗਵਾਈ ਕਿ ਜਿੰਨੀ ਪੂੰਜੀ ਲੈ ਕੇ ਆਏ ਸੀ ਉਹ ਵੀ ਖਤਮ ਕਰਕੇ ਚਲੇ ਜਾਵਾਂਗੇ ਤਾਂ ਦੋਸਤੋ ਬਾਬਾ ਜੀ ਨੇ ਅੱਜ ਬਹੁਤ ਜੋਸ਼ ਨਾਲ satsang ਫਰਮਾਇਆ ਹਰ ਬਾਰ ਦੀ ਤਰ੍ਹਾਂ ਤੇ ਉਹਨਾਂ ਦੇ ਚਿਹਰੇ ਤੋਂ ਨੂਰ ਚਲਕ ਰਿਹਾ ਸੀ ਦੋਸਤੋ ਤੇ ਸਭ ਤੋਂ ਅਦਭੁਤ ਗੱਲ ਕੀ ਉਹਨਾਂ ਦਾ ਚਿਹਰਾ ਲਾਲ ਦਿਖਾਈ ਦੇ ਰਿਹਾ ਸੀ ਉਹ ਤੇਜ ਉਹ ਤਾਪ ਦਿਖਾਈ ਦੇ ਰਿਹਾ ਸੀ ਕਿਉਂ ਕਰੇ